ਸ਼ਸ਼ੀਕਾਲ ਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪੁਲਿਸ ਵੱਲੋਂ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦਾ ਇਨਕਾਊਂਟਰ ਕੀਤਾ ਗਿਆ ਜੋ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਲੋੜਿੰਦੇ ਸੀ ਸੋ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਉਹੀ ਘਰ ਆ ਜਿਸ ਵਿੱਚ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਲੁਕੇ ਹੋਏ ਸੀ ਜਿੱਥੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਘਰ ਦੇ ਚਾਰੇ ਪਾਸੇ ਪਾਣੀ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਪੁਲਿਸ ਵੱਲੋਂ ਹੁਣ ਇਸ ਘਰ ਨੂੰ ਲੌਕ ਕਰ ਦਿੱਤਾ ਗਿਆ ਇਸ ਵਕਤ ਇਸ ਘਰ ਦੇ ਅੰਦਰ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਆ ਸੋ ਤੁਸੀਂ ਇਹ ਉਹੀ ਘਰ ਦੇਖ ਰਹੇ ਹੋ ਇਹ ਉਹੀ ਹਵੇਲੀ ਆ ਖੇਤਾਂ ਦੇ ਵਿੱਚ ਜਿੱਥੇ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦੋਨੋਂ ਲੁਕੇ ਹੋਏ ਸੀ ਤੇ ਪੁਲਿਸ ਵੱਲੋਂ ਇਸੇ ਘਰ ਵਿੱਚ ਹੀ ਦੋਨਾਂ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਪੁਲਿਸ ਨੇ ਪਹਿਲਾਂ ਵਾਰਨਿੰਗ ਵੀ ਦਿੱਤੀ ਕਿ ਤੁਸੀਂ ਸਰੈਂਡਰ ਕਰ ਦਿਓ ਪਰ ਜਦੋਂ ਉਹ ਦੋਨੋਂ ਗੈਂਗਸਟਰ ਬਾਹਰ ਨਹੀਂ ਆਏ ਤਾਂ ਪੁਲਿਸ ਨੇ ਮੁਕਾਬਲਾ ਕੀਤਾ ਤੇ ਉਹਨਾਂ ਦਾ ਉੱਥੇ ਇਨਕਾਊਂਟਰ ਕਰ ਦਿੱਤਾ ਗਿਆ ਤੁਸੀਂ ਇਹ ਘਰ ਦੇਖ ਸਕਦੇ ਹੋ ਬਿਲਕੁਲ ਖੇਤਾਂ ਦੇ ਵਿੱਚ ਆ ਇਸ ਦੇ ਚਾਰੇ ਪਾਸੇ ਤੁਸੀਂ ਪਾਣੀ ਦੇਖ ਸਕਦੇ ਹੋ ਜਾਂ ਮੱਕੀ ਵੀ ਆ ਕਮਾਦ ਵੀ ਆ ਸੋ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕੀ ਇੱਥੇ ਇਨਕਾਊਂਟਰ ਕਰਨਾ ਔਖਾ ਕੰਮ ਸੀ ਸੋ ਇਹ ਘਰ ਦੇ ਤੁਸੀਂ ਜੋ ਕੰਧਾਂ ਉਹਨਾਂ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਸਾਫ਼ ਦੇਖ ਸਕਦੇ ਹੋ ਸੋ ਤਾਵੜ ਤੌਰ ਗੋਲੀਆਂ ਦੇ ਨਾਲ ਹਮਲਾ ਹੋਇਆ ਦੋਨਾਂ ਸਾਈਡਾਂ ਤੋਂ ਹੀ ਗੈਂਗਸਟਰ ਵੀ ਲਗਾਤਾਰ ਗੋਲੀਆਂ ਚਲਾਉਂਦੇ ਰਹੇ ਸੋ ਪੁਲਿਸ ਨੇ ਵੀ ਲਗਾਤਾਰ ਗੋਲੀਆਂ ਚਲਾਈਆਂ ਤੇ ਪ੍ਰਾਪਤ ਜਾਣਕਾਰੀ ਇਨਸਾਰ ਇਹ ਜੋ ਮੁਕਾਬਲਾ ਲਗਭਗ 6 ਘੰਟੇ ਚੱਲਿਆ ਸੋ ਕਾਫੀ ਲੰਬਾ ਇਹ ਮੁਕਾਬਲਾ ਚੱਲਿਆ ਤੇ ਇਸ ਮੁਕਾਬਲੇ ਵਿੱਚ ਆਖਰ ਦੋਨੋਂ ਗੈਂਗਸਟਰ ਪੁਲਿਸ ਵੱਲੋਂ ਠੇਰ ਕਰ ਦਿੱਤੇ ਗਏ ਸੋ ਇਹ ਖੇਤਾਂ ਦੇ ਵਿੱਚ ਬਿਲਕੁਲ ਘਰ ਆ ਸੋ ਪੁਲਿਸ ਨੇ ਬਹੁਤ ਹੀ ਬਹਾਦਰੀ ਦੇ ਨਾਲ ਇਹਨਾਂ ਦੋਨੋਂ ਗੈਂਗਸਟਰਾਂ ਦਾ ਖਾਤਮਾ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਮਮਤੀ ਬਣੀ ਹੋਈ ਹੈ ਜਿੱਥੋਂ ਇਹ ਦੋਨੋਂ ਗੈਂਗਸਟਰ ਲਗਾਤਾਰ ਅਟੈਕ ਕਰ ਰਹੇ ਸੀ ਜਦੋਂ ਉਹਨਾਂ ਦੀ লাশ ਬਰਾਮਦ ਹੋਈ ਉਹ ਉਸ ਵਕਤ ਵੀ ਉੱਥੇ ਸੀ ਸੋ ਉਹਨਾਂ ਕੋਲੇ ਦੱਸਿਆ ਜਾ ਰਿਹਾ ਕਿ AK 47 ਤੇ ਪਿਸਤਲ ਸੀ ਇਸ ਤੋਂ ਬਿਨਾ ਉਹਨਾਂ ਕੋਲੇ ਇੱਕ ਬੈਗ ਵੀ ਸੀ ਜਿਸ ਵਿੱਚੋਂ ਇੱਕ ਟੁੱਟਾ ਹੋਇਆ ਮੋਬਾਈਲ ਤੇ ਕੁਝ ਕਿਹਾ ਜਾ ਰਿਹਾ ਕਿ ਹੋਰ ਸਮਾਨ ਵੀ ਮਿਲਿਆ ਜ਼ਿਕਰ ਜੋਗਾ ਕਿ ਪੁਲਿਸ ਲਈ ਇਹ ਮੁਕਾਬਲਾ ਕਾਫੀ ਚੁਣੌਤੀਪੂਰਨ ਸੀ ਕਿਉਂਕਿ ਘਰ ਦੇ ਇੱਕ ਪਾਸੇ ਪਾਣੀ ਸੀ ਮੱਕੀ ਖੜੀ ਸੀ ਦੂਜੇ ਪਾਸੇ ਕਮਾਜ਼ ਸੀ ਸੋ ਇਹ ਮੁਕਾਬਲਾ ਕਾਫੀ ਚੁਣੌਤੀਪੂਰਨ ਰਿਹਾ ਇਸੇ ਕਰ ਲੱਗਭਗ 6 ਘੰਟੇ ਮੁਕਾਬਲਾ ਚੱਲਿਆ ਸੋ ਇਸੇ ਮੁਕਾਬਲੇ ਵਿੱਚ ਤੁਸੀਂ ਇਹ ਦਰਖਤ ਦੇਖ ਸਕਦੇ ਹੋ ਜਿਸ ਤੇ ਗੋਲੀਆਂ ਲੱਗੀਆਂ ਹੋਈਆਂ ਸੋ ਦਰਖਤ ਵੀ ਪੂਰੀ ਤ ਹੋ ਗਿਆ ਸੋ ਤਾਵੜ ਤੋੜ ਗੋਲੀਆਂ ਚੱਲਦੀਆਂ ਰਹੀਆਂ ਸੋ ਇਹ ਉਹੀ ਹਵੇਲੀ ਦਾ ਦਰਵਾਜਾ ਜਿਸ ਨੂੰ ਇਸ ਵਕਤ ਪੁਲਿਸ ਵੱਲੋਂ ਲੋਕ ਲਾ ਦਿੱਤਾ ਗਿਆ ਸੋ ਪੁਲਿਸ ਦੀ ਤਾਇਨਾਤੀ ਵੀ ਹੈ ਇੱਥੇ ਸੋ ਇਹ ਉਸ ਹਵੇਲੀ ਦਾ ਵੇੜਾ ਤੁਸੀਂ ਦੇਖ ਰਹੇ ਹੋ ਜਿੱਥੇ ਇਹ ਦੋਨੋਂ ਗੈਂਗਸਟਰ ਲੁਕੇ ਹੋਏ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਕੋਲੇ ਨੂੰ ਵੀ ਆਪਾਂ ਕਹਿ ਸਕਦੇ ਕਿ ਗੋਲੀਆਂ ਦੇ ਨਾਲ ਵਜੀਆਂ ਜਦੋਂ ਉਹ ਟੈ ਗਿਆ ਸੋ ਕਾਫੀ ਜ਼ਿਆਦਾ ਗੋਲੀਆਂ ਚੱਲੀਆਂ ਸੋ ਇਹ ਮੁਕਾਬਲਾ ਸੀ ਜਿਹੜਾ ਇਸ ਵਿੱਚ ਦੋਨੋਂ ਗੈਂਗਸਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਆ ਜਿਹੜੇ ਉਹਨਾਂ ਦਾ ਇਨਕਾਊਂਟਰ ਹੋ ਗਿਆ ਤੇ ਇਸ ਹਵੇਲੀ ਦੇ ਚਾਰੇ ਪਾਸੇ ਪੁਲਿਸ ਦੀ ਅਜੇ ਤੱਕ ਵੀ ਤਾਇਨਾਤੀ ਆ ਸੋ ਤੁਸੀਂ ਇਹ ਪ੍ਰਾਣੀ ਹਵੇਲੀ ਦੇਖ ਸਕਦੇ ਹੋ ਜੋ ਕਿ ਖੇਤਾਂ ਵਿੱਚ ਬਣੀ ਹੋਈ ਆ ਸੋ ਕੰਧਾਂ ਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨਾਂ ਤੋਂ ਮੋਰੇ ਨਿਕਲ ਚੁੱਕੇ ਆ ਤੇ ਇਹ ਹਵੇਲੀ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਇਹ ਹਵੇਲੀ ਇੱਕ ਖੰਡਰ ਦਾ ਰੂਪ ਵੀ ਧਾਰਨ ਕਰ ਚੁੱਕੀ ਆ ਤੇ ਇੱਥੇ ਜਿਹੜੀਆਂ ਕੰਧਾਂ ਹੋ ਗਈਆਂ ਜਾਂ ਹੋਰ ਵੀ ਜਿੱਥੇ ਵੀ ਤੁਸੀਂ ਦੇਖੋ ਚਾਰੇ ਪਾਸੇ ਇਸ ਹਵੇਲੀ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਦਿਖਦੇ ਆ ਕਿਉਂਕਿ ਗੈਂਗਸਟਰਾਂ ਕੋਲ ਵੀ ਆਧੁਨਿਕ ਹਥਿਆਰ ਸੀ AK-47 ਨਾਲ ਲਗਾਤਾਰ ਉਹ ਫਾਇਰਿੰਗ ਕਰ ਰਹੇ ਸੀ ਪਿਸਤਲ ਨਾਲ ਫਾਇਰਿੰਗ ਕਰ ਰਹੇ ਸੀ ਇਸ ਤੋਂ ਬਿਨਾ ਪੰਜਾਬ ਪੁਲਿਸ ਨੇ ਕਾਫੀ ਜ਼ਿਆਦਾ ਜਦੋ ਜਹਦ ਦੇ ਨਾਲ ਇਹਨਾਂ ਦੋਨਾਂ ਗੈਂਗਸਟਰਾਂ ਨੂੰ ਮਾਰ ਮਕਾਇਆ ਸੋ ਇਸ ਵਕਤ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਹਵੇਲੀ ਦੇ ਬਾਹਰ ਪੁਲਿਸ ਦੀ ਤਾਇਨਾਤੀ ਆ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਕੱਚਾ ਰਾਹ ਇਸ ਹਵੇਲੀ ਨੂੰ ਜਾਂਦਾ ਜਿੱਥੇ ਇਸ ਵਕਤ ਪੰਜਾਬ ਪੁਲਿਸ ਦੇ ਜਵਾਨ ਖੜੇ ਅਤੇ ਇਸ ਹਵੇਲੀ ਦੇ ਚਾਰੇ ਪਾਸੇ ਸਰਨਾਟਾ ਛਾਇਆ ਹੋਇਆ ਇਸ ਹਵੇਲੀ ਵਿੱਚ ਹੀ ਉਹਨਾਂ ਦੋ ਗੈਂਗਸਟਰਾਂ ਦਾ ਪੁਲਿਸ ਵੱਲੋਂ ਖਾਤਮਾ ਕੀਤਾ ਗਿਆ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਦੋਨਾਂ ਗੈਂਗਸਟਰਾਂ ਦਾ ਪਰਿਵਾਰ ਵੱਲੋਂ ਦਾ ਸੰਸਕਾਰ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਉਹੀ ਮੰਮਟੀ ਹੈ ਜਿੱਥੇ ਦੋਨੋਂ ਗੈਂਗਸਟਰ ਬੈਠੇ ਸੀ ਲੁਕੇ ਸੀ ਤੇ ਇੱਥੇ ਹੀ ਇਹਨਾਂ ਦਾ ਅਨਕਾਊਂਟਰ ਹੋਇਆ ਸੋ ਪੰਜਾਬ ਪੁਲਿਸ ਇੱਕ ਵਾਰੀ ਫਿਰ ਤੁਹਾਡੀ ਜਾਣਕਾਰੀ ਦਸਦੀਏ ਕਿ ਲਗਾਤਾਰ ਡਿਊਟੀ ਦੇ ਉਤੇ ਤਾਇਨਾਤ ਆ ਇਸ ਹਵੇਲੀ ਦੇ ਚਾਰੇ ਪਾਸੇ ਪੰਜਾਬ ਪੁਲਿਸ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਪਰ ਇਸ ਵਕਤ ਤੱਕ ਇਸ ਹਵੇਲੀ ਨੂੰ ਜਿਹੜਾ ਲੋਕ ਲਾ ਦਿੱਤਾ ਗਿਆ ਸੋ ਤੁਸੀਂ ਦਰਖਤ ਵੀ ਮਾਰਕ ਕੀਤੇ ਹੋਏ ਦੇਖ ਸਕਦੇ ਹੋ ਜਿਨ੍ਹਾਂ ਤੇ ਗੋਲੀਆਂ ਲੱਗੀਆਂ ਸੋ ਗੋਲੀਆਂ ਦੇ ਜਿਹੜੇ ਨਿਸ਼ਾਨ ਹਨ ਉਹਨਾਂ ਨੂੰ ਬਲੈਕ ਮਾਰਕਰ ਦੇ ਨਾਲ ਮਾਰਕ ਕੀਤਾ ਗਿਆ ਕਿ ਇਹਨਾਂ ਦਰਖਤਾਂ ਦੇ ਉੱਪਰ ਵੀ ਗੋਲੀਆਂ ਲੱਗੀਆਂ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਗੋਲੀਆਂ ਚੱਲੀਆਂ ਸੋ ਦਰਖਤਾਂ ਦੇ ਵੀ ਬਹੁਤ ਜ਼ਿਆਦਾ ਗੋਲੀਆਂ ਲੱਗੀਆਂ ਬਾਕੀ ਤੁਸੀਂ ਕੰਧਾਂ ਤੇ ਵੀ ਗੋਲੀਆਂ ਦੇਖੀਆਂ ਸੋ ਦੋਸਤੋ ਜਿਵੇਂ ਤੁਸੀਂ ਇਸ ਵੀਡੀਓ ਵਿੱਚ ਦੇਖਿਆ ਕਿ ਇਹਨਾਂ ਦੋਨਾਂ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਵੱਲੋਂ ਇਸ ਪੁਰਾਣੀ ਹਵੇਲੀ ਦੇ ਵਿੱਚ ਮਾਰ ਮਕਾਇਆ ਗਿਆ ਤੇ ਕੱਲ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਅਮਰਸਰ ਪਹੁੰਚੇ ਸੀ ਇਹਨਾਂ ਦੋਨਾਂ ਗੈਂਗਸਟਰਾਂ ਦੀ شناخت ਕਰਨ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਦੋ ਗੈਂਗਸਟਰਾਂ ਦੇ ਮਾਰੇ ਜਾਣ ਦੇ ਨਾਲ ਉਹਨਾਂ ਦੇ ਪੁੱਤ ਨੂੰ ਇਨਸਾਫ ਨਹੀਂ ਮਿਲੂਗਾ ਅਜੇ ਇਹ ਲੜਾਈ ਬਹੁਤ ਲੰਬੀ ਚੱਲੂਗੀ ਤੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਵੱਲੋਂ ਲਏ ਗਏ ਐਕਸ਼ਨ ਜਿਸ ਵਿੱਚ ਉਹਨਾਂ ਨੇ ਦੋਨਾਂ ਗੈਂਗਸਟਰਾਂ ਨੂੰ ਮਾਰ ਮਕਾਇਆ ਇਸ ਤੋਂ ਸੰਤੋਸ਼ਟਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਨਾਲ ਦੀ ਨਾਲ ਕਮੈਂਟਾਂ ਵਿੱਚ ਜੈਸ ਜਰੂਰ ਲਿਖਿਓ ਸਿੱਧੂ ਮੂਸੇਵਾਲੇ ਦੇ ਫੈਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ